ਜਿੱਥੇ ਹਕ ਸਾਹਿਬ ਲੇਟੇ ਨੇ ਅੱਲਾਹ ਉਹਨਾਂ ਦੀ ਕਬਰ ਨੂੰ ਜੰਨਤ ਆਮੀਨ ਉਹੀ ਕਾਫੀ ਸਾਹਿਬ ਅੱਲਾਹ ਅਕਬਰ ਕਬੀਰਾ ਆਈਏ ਇੱਕ ਇੱਟ ਚਾਂਦੀ ਦੀ ਇੱਕ ਇੱਟ ਸੋਨੇ ਦੀ ਮਿੱਟੀ ਅੰਬਰ ਦੀ ਗਾਰਾ ਕਸਤੂਰੀ ਦਾ ਖਿਤਾਬ ਉੱਥੇ ਵੀ ਅੱਲਾ ਇਹ ਭਾਬੀ ਨੇ ਇਹ ਮੇਰੇ ਕੋ ਪੁੱਛਦੇ ਨੇ ਦਲੀਲ ਤੇਰੇ ਕੋ ਕੀ ਦਲੀਲ ਹੈ ਤੇਰਾ ਖਿਤਾਬ ਹੋਣਾ ਹੈ ਫਰਮਾਇਆ ਨਹਨੂ ਔਲੀਆਕੁਮ ਫਿਲ ਹਯਾਤੀ ਦੁਨੀਆ ਵਾ ਫਿਲ ਆਖਿਰਾ ਵਲਕੁਮ ਫੀਹਾ ਮਾ ਤਸ਼ਤਹੀ ਅਨਫੁਸੁਕੁਮ ਅੱਜ ਕੁਰਾਨ ਲੱਜ਼ਤ ਦੇ ਰਿਹਾ ਵਮਾ ਤਸ਼ਤਹੀ ਅਨਫੁਸੁਕੁਮ ਵਲਕੁਮ ਫੀਹਾ ਮਾ ਤਦਉਨ ਅੱਗੇ ਕੀ ਹੈ ਨੁਸੁਲਮ ਮਿਨ ਗਫੂਰ ਰਹੀਮ ਮੈਂ ਤੁਹਾਡਾ ਦੁਨੀਆ ਚ ਵੀ ਯਾਰ ਹਾਂ ਤੇ ਆਖਰਤ ਚ ਵੀ ਯਾਰ ਨਹਨੂ ਔਲੀਆਕੁਮ ਫਿਲ ਹਯਾਤੀ ਦੁਨੀਆ ਵਾ ਫਿਲ ਆਖਿਰਾ ਵਲਕੁਮ ਫੀਹਾ ਮਾ ਤਸ਼ਤਹੀ ਅਨਫੁਸੁਕੁਮ ਅੱਲਾ ਇਹਦਾ ਤਰਜਮਾ ਪਤਾ ਕੀ ਹੈ ਅੱਲਾ ਨੇ ਜੋ ਮੈਂ ਚਾਹਨਾ ਉਹ ਤੂੰ ਦੁਨੀਆ ਚ ਕਰਕੇ ਵਿਖਾ ਮੇਰੀ ਜੰਨਤ ਚ ਜੋ ਤੂੰ ਚਾਹੇਗਾ ਮੈਂ ਤੈਨੂੰ ਅਦਾ ਕਰ ਦਿਆਂਗਾ ਇੱਥੇ ਮੇਰੀ ਚਾਹਤ ਜੰਨਤ ਚ ਤੇਰੀ ਚਾਹਤ ਉੱਥੇ ਜੋ ਚਾਹੇਗਾ ਤੈਨੂੰ ਦਿਆਂਗਾ ਕਿਉਂ ਵਜਾ ਨੁਜ਼ੁਲਮ ਮਿਨ ਗਫੂਰਿਰ ਰਹੀਮ ਤੂੰ ਉੱਥੇ ਮੇਰਾ ਮਹਿਮਾਨ ਹੋਣਾ ਮੈਂ ਰੱਬ ਨੇ ਤੇਰਾ ਮੇਜ਼ਬਾਨ ਹੋਣਾ ਕੀ ਮਿਲਣਾ ਪੁੰਜੀ ਹੋਈ ਮੱਛੀ ਦੀ ਮਹਿਮਾਨੀ ਹੋਵੇਗੀ ਸਦਾ ਰਹਿਣ ਵਾਲੀ ਉੱਥੇ ਜਵਾਨੀ ਹੋਵੇਗੀ ਜ਼ਾਇਕੇ ਮੱਛੀ ਦੇ ਲਜ਼ੀਜ਼ ਤੇ ਕਰਾਰੇ ਹੋਣਗੇ ਵਿੱਚ ਜੰਨਤਾਂ ਦੇ ਅਜਬ ਨਜ਼ਾਰੇ ਹੋਣਗੇ ਤੇ ਗੱਲ ਬੜੀ ਬਾ ਕਮਾਲ ਆ ਗਈ ਜੇ ਪਸਰੂਰ ਵਾਲੇ ਹੋ ਅੱਲਾ ਤੁਹਾਨੂੰ ਸਾਰਿਆਂ ਨੂੰ ਇਸ ਨੇਮਤ ਨਾਲ ਨਵਾਜ਼ ਦੇ ਕਿੱਡਾ ਸੋਹਣਾ ਸਮਾਂ ਉਹ ਪੁਰ ਬਹਾਰ ਹੋਵੇਗਾ ਜਦੋਂ ਸੋਹਣੇ ਅੱਲਾ ਦਾ ਦੀਦਾਰ ਹੋਵੇਗਾ ਕਰਨਾ ਨਾ ਦੀਦਾਰ ਬੋਲੋ ਅੱਲਾ ਆਉਣਗੇ ਨੂਰ ਦੇ ਪਰਦੇ ਚੁੱਕਣਗੇ ਜਨਤੀ ਆਪਣੇ ਰੱਬ ਨੂੰ ਇਵੇਂ ਵੇਖਣਗੇ ਜਿਵੇਂ ਚੌਦਵੀਂ ਰਾਤ ਦਾ ਚੰਨ ਨਹੀਂ ਵੇਖੂਗਾ ਸੁਭਾਨ ਅੱਲਾ ਅੱਲਾ ਤੁਹਾਨੂੰ ਸਾਰਿਆਂ ਨੂੰ ਆਪਣੀ ਜ਼ਿਆਰਤ ਨਸੀਬ ਕਿੱਡਾ ਸੋਹਣਾ ਸਮਾਂ ਉਹ ਪੁਰ ਬਹਾਰ ਹੋਵੇਗਾ ਜਦੋਂ ਸੋਹਣੇ ਅੱਲਾ ਦਾ ਦੀਦਾਰ ਹੋਵੇਗਾ ਵੇਂਦੇ ਰੱਬ ਨੂੰ ਪਏ ਉੱਥੇ ਐ ਸਾਰੇ ਹੋਣਗੇ ਸੁਭਾਨ ਅੱਲਾ ਸੁਭਾਨ ਅੱਲਾ।